ਅਸਲਾਮ ਅਲੈਕੁਮ, ਤੁਸੀਂ ਦੇਖਦੇ ਆ FTM 105 ਤੇ ਲੁਕਮਾਨ ਗੋਇਰਾ ਨਿਊਜ਼। ਮੈਂ ਤੁਹਾਡਾ ਹੋਸਟ ਮੁਹੰਮਦ ਲੁਕਮਾਨ ਮਾਨੀਪੁਰੀਆ। ਜਿੱਦਾਂ ਕਿ ਤੁਹਾਨੂੰ ਪਤਾ, ਅਸੀਂ ਗੋਇਰਾ ਦੇ ਮੁਖਤਲਿਫ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਅੱਜ ਅਸੀਂ ਇੱਕ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਇਹ ਵੀਡੀਓ ਦੇ ਵਿੱਚ ਅਸੀਂ ਸਬਕ ਦੇਣਾ ਚਾਹੁੰਦੇ ਨੌਜਵਾਨ ਨਸਲ ਨੂੰ, ਜਿਹੜੀ ਆਵਾਮ ਮੰਗਦੀ ਆ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਇੱਕ ਨਬੀਨਾ ਬਜ਼ੁਰਗ ਜਿਹੜੇ ਪਿਛਲੇ 40 ਸਾਲ ਤੋਂ ਆਪਣੀ ਫਰੂਟ ਦੀ ਰੇਹੜੀ ਲਾ ਜਿਹੜੇ ਬੈਠੇ ਡਾਕਖਾਨਾ ਚੌਂਕ ਦੇ ਵਿੱਚ, ਅਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਕੋਲੋਂ ਪੁੱਛਦੇ ਹਾਂ ਕਿ ਕਿੰਨੇ ਅਰਸੇ ਤੋਂ ਇਹ ਕੰਮ ਕਰਦੇ ਆ ਰਿਹਾ ਅਤੇ ਇਹਨਾਂ ਦਾ ਕੀ ਪੈਗਾਮ ਆ। ਜੀ ਅਸਲਾਮ ਅਲੈਕੁਮ। ਵਾਸਲਾਮ। ਕਿੰਨਾ ਅਰਸਾ ਹੋ ਗਿਆ ਬਾਬਾ ਜੀ ਤੁਹਾਨੂੰ? 40 ਸਾਲ ਬਣ ਗਏ ਤਾਂ 45 ਕਹਿੰਦਾ। ਅਤੇ 45 ਸਾਲ ਤੋਂ ਤੁਸੀਂ ਇਸੇ ਜਗ੍ਹਾ 'ਤੇ ਮੌਜੂਦ? ਹਾਂ, ਇਸੇ 'ਤੇ। ਤੁਹਾਨੂੰ ਨਜ਼ਰ ਆਉਂਦਾ ਪੂਰਾ? ਨਹੀਂ, ਮੇਰੀ ਨਜ਼ਰ ਹੈ ਨਹੀਂ ਉੱਕੀ, ਬਿਲਕੁਲ ਨਜ਼ਰ ਨਹੀਂ। ਤੇ ਤੁਸੀਂ ਕਿੱਦਾਂ ਹਿਸਾਬ ਲਾਉਂਦੇ ਆ ਪੈਸਿਆਂ ਦਾ ਤੇ ਆ ਬਾਕੀ ਫਰੂਟ ਵਗੈਰਾ? ਗੱਲ ਸੁਣੋ, ਰਿਜ਼ਕ ਜਿਹੜਾ ਅੱਲਾ ਕੋਲ ਤੇ ਉਹਦੇ ਸੋਹਣੇ ਨਬੀ ਕੋਲ ਆ। ਮੈਂ ਬੈਠਾ ਉਹਦੇ ਆਸਰੇ 'ਤੇ ਸੌਦਾ ਮੰਡੀਓਂ, ਪਹਿਲੇ ਇਕੱਲਾ ਲਿਆਉਂਦਾ ਸਾਂ, ਹੁਣ ਅੱਲਾ ਨੇ ਨਾਲ ਆਸਰਾ ਬੱਚਿਆਂ ਦਾ ਬਣਾਇਆ, ਉਹ ਨਾਲ ਲੈ ਆਉਂਦੇ ਨੇ, ਸੌਦਾ ਮੰਡਾ ਕੇ ਦੇ ਜਾਂਦੇ ਨੇ, ਅਤੇ ਮੈਂ ਇੱਥੇ ਬੈਠਾ ਦੇਖਦਾ। ਅਤੇ ਬਾਕੀ ਰਹਿ ਗਈ ਨੋਟਾਂ ਦੀ ਪਛਾਣ, ਹਾਂਜੀ, 5,000 ਤੋਂ ਲੈ ਕੇ ਅਤੇ 10 ਰੁਪਈਆਂ ਤੱਕ, 5,000 ਤੱਕ ਉਹਦੀ ਪਛਾਣ ਆ। ਕਦੀ ਕੋਈ ਵੀ ਟਾਈਮ ਹੁੰਦਾ ਸੀ ਜਦ ਟੈਲੀ ਪੈਸੇ ਚੱਲੇ ਸੀ, ਉਹਨਾਂ ਦੀ ਪਛਾਣ ਰੱਬ ਨੇ ਕਰਾਤੀ ਸੀ। ਅਤੇ ਅੱਲਾ ਦਾ ਸ਼ੁਕਰ ਹੈ, ਅੱਲਾ ਦਾ ਅਹਿਸਾਨ ਹੈ, ਮੈਂ ਇੱਥੇ ਬੈਠਾ ਮਜ਼ਦੂਰੀ ਕਰ ਰਿਹਾ। ਅੱਲਾ ਪਾਕ ਰੋਜ਼ੀ ਦੇ ਰਿਹਾ, ਜਿਹੜਾ ਰਾਤ ਸਵੇਰ ਆਟਾ ਦਿੰਦਾ ਖਾਂਦੇ ਹਾਂ, ਸ਼ੁਕਰ ਹੈ ਉਹਦੀ ਦਾ। ਅਤੇ ਆਪਣਾ ਪਿੰਡ ਕਿਹੜਾ ਵਾ? ਚੱਕ ਨੰਬਰ 298 ਜੀਂਬੇ ਟੋਬਾ ਰੋਡ। ਆ ਟੋਬਾ ਰੋਡ, ਚੱਕ ਨੰਬਰ 298 ਜੀ। ਚੌਥੇ ਮਰਬੇ ਜਿਹਾ ਸ਼ਹਿਰ ਦੇ ਵਿੱਚ ਹੀ ਹਾਂ। ਅਤੇ ਤੁਸੀਂ ਆਪ ਕੰਮ ਕਰਦੇ ਪਿਛਲੇ 40-45 ਸਾਲ ਤੋਂ, ਅਤੇ ਕਿੱਦਾਂ ਕੰਮ ਕਾਰ, ਖੁਸ਼ੀ ਤੁਹਾਨੂੰ ਮਿਲਦੀ ਕੰਮ ਕਰਦਿਆਂ ਹੋਇਆ ਆਪਣਾ ਜ਼ਾਤੀ? ਬੜੀ। ਅਤੇ ਬਹੁਤ ਸਾਰੇ ਲੋਕ ਆ ਜਿਹੜੇ ਜਵਾਨ ਹੁੰਦੇ ਆ ਅਤੇ ਉਹ ਜਵਾਨ ਮੰਗਣ ਲੱਗ ਪੈਂਦੇ ਆ, ਉਹਨਾਂ ਵਾਸਤੇ ਤੁਹਾਡਾ ਕੋਈ ਪੈਗਾਮ ਹੋਵੇ? ਉਹਨਾਂ ਵਾਸਤੇ ਆ, ਉਹਨਾਂ ਨੂੰ ਇਹ ਦਫੇ ਕਹੀਦਾ ਵੀ ਆਪਣੀ ਦਸਾਂ ਨੌ ਦੀ ਮਿਹਨਤ ਕਰੋ ਅਤੇ ਖਾਓ, ਯਾਨੀ ਇੱਦਾਂ ਭੀਖ ਮੰਗਿਆ ਕੁਛ ਨਹੀਂ ਲੱਭਣਾ, ਭੀਖ ਲੱਭਿਆ ਕੁਛ ਨਹੀਂ ਲੱਭਣਾ, ਅੱਲਾ ਕੋਲੋਂ ਮੰਗੋ ਕਦੋਂ ਦਏਗਾ। ਬੇਸ਼ੱਕ ਜੀ। ਜੀ ਨਾਜ਼ਰੀਨ, ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਬਜ਼ੁਰਗਾਂ ਨੇ ਗੱਲਬਾਤ ਕੀਤੀ, ਅਤੇ ਸਾਡਾ ਵੀਡੀਓ ਦੇ ਵਿੱਚ ਇਹੀ ਇੱਕ ਮੈਸੇਜ ਸੀਗਾ ਕਿ ਨੌਜਵਾਨ ਜਿਹੜੇ ਮੰਗਦੇ ਆ ਉਹਨਾਂ ਨੂੰ ਮੰਗਣਾ ਨਹੀਂ ਚਾਹੀਦਾ, ਬਲਕਿ ਆਪਣੀ ਮਿਹਨਤ ਕਰਨੀ ਚਾਹੀਦੀ ਆ। ਬਜ਼ੁਰਗ ਵੀ ਪਿਛਲੇ 45 ਸਾਲ ਤੋਂ ਮਿਹਨਤ ਕਰਦੇ ਆ, ਨਵੀਨਾ ਵਾ, ਲੇਕਿਨ ਇਹਨਾਂ ਨੇ ਕਦੀ ਵੀ ਇਹਨਾਂ ਨੇ ਕੋਈ ਨਹੀਂ ਮਹਿਸੂਸ ਹੋਇਆ ਆਪਣਾ ਨਵੀਨਾਪਨ, ਕਦੀ ਨਹੀਂ ਇਹਨਾਂ ਨੇ ਜ਼ਾਹਰ ਕੀਤਾ। ਅਤੇ ਉਮੀਦ ਕਰਦੇ ਹਾਂ ਸਾਨੂੰ ਤੁਹਾਨੂੰ ਸਾਡੀ ਵੀਡੀਓ ਪਸੰਦ ਆਊਗੀ, ਅਤੇ ਅੱਲਾ ਹਾਫਿਜ਼।